पंजाबी फिल्मों के मशहूर अदाकार कॉमेडी किंग जसविंदर भल्ला यमुनानगर पहुंचे और मीडिया से रूबरू हुए। भल्ला ने कॉमेडी के सफर से लेकर कई सामाजिक मुद्दों पर चर्चा करते हुए अपने विचार मीडिया से साझा किए। भल्ला ने आतंकवाद के मुद्दे पर कहा कि मासूम मर रहे हैं और सियासत हो रही है गद्दी के लिए। साथ ही पंजाब को जैसा नशे के लिए बड़े लेवल पर दर्शाया गया, पंजाब ऐसा बिल्कुल भी नहीं है। पुराने पंजाबी फिल्मां दे देखो हर एक दौर दी फिल्मां जिहड़ियां हुंदियां ने उस टाइम दी ऑडियंस नूं अच्छियां लगदियां हुंदियां। हुण ओही फिल्मां असीं अज देखदे आ सानूं लगदा है यार की करी जांदे सी, हैं किद्दां दी स्लो कॉमेडी करदे आ, किद्दां दे डायलॉग बोलदे आ, हैना ज्यादातर माझे दे बोलदे आ, की कांडे आ बिलो जी इदां दे डायलॉग जिहड़े उस तरह बोलदे सी। अजकल जिहड़ा है साडा पंजाबी मालवा प्रधान जिहड़ी बठिंडा मुकसर मलोट लुधियाणा पटियाला मिठी जी बोली जिहड़ी इधरली संगरूर वाली बोली आ इह फिल्मां दे विच हावी आ इस वेले। पर विदेशां दे विच फिल्माईयां जांदियां उहदे पिछे की कारण हैगा? ਉਹਦੇ 'ਚ ਕਾਰਨ ਕਈ ਤਰ੍ਹਾਂ ਦੇ ਨੇ ਜੀ। ਇੱਕ ਤਾਂ ਇੱਥੇ ਮੌਸਮ ਨਹੀਂ ਸੂਟ ਕਰਦਾ, ਬਰਸਾਤਾਂ ਦਾ, ਗਰਮੀਆਂ ਦਾ, ਅਗਸਤ ਜੁਲਾਈ ਮਈ ਇਸ ਮੌਸਮ ਕਰਕੇ ਉਹਨਾਂ ਨੂੰ ਉੱਧਰ ਫਿਲਮਾਂ ਕਰਦੇ ਆ। ਇੱਕ ਆਡੀਅੰਸ ਲਈ ਥੋੜ੍ਹੀ ਜਿਹੀ ਅਟਰੈਕਸ਼ਨ ਹੁੰਦੀ ਹੈ ਵੀ ਇੱਕ ਛੋਟੇ ਜਿਹੇ ਬਜਟ ਦੇ ਵਿੱਚ 5-4 ਕਰੋੜ ਦੇ ਵਿੱਚ 6-7 ਕਰੋੜ ਦੇ ਵਿੱਚ ਸਾਨੂੰ ਅਬਰਾਡ ਵੀ ਦਿਖਾਉਂਦੇ ਆ, ਕਿਉਂ ਹਿੰਦੀ ਫਿਲਮਾਂ ਦੀ ਜਿਵੇਂ ਲੋਕਾਂ 'ਚ ਖਿੱਚ ਹੁੰਦੀ ਸੀਗੀ। ਔਰ ਤੀਸਰਾ ਕਾਰਨ ਇਹ ਆ ਵੀ ਉੱਧਰ ਦੀਆਂ ਗਵਰਨਮੈਂਟਸ ਉਹਨਾਂ ਉਹਦੇ ਸਬਸਿਡੀ ਦਿੰਦੇ ਆ ਫਿਲਮਾਂ ਬਣਾਉਣ 'ਚ। ਇਹਦੇ 'ਚ ਵੈਨਕੂਵਰ ਕਨੇਡਾ ਆ ਗਿਆ, ਇੰਗਲੈਂਡ ਆ ਗਿਆ, ਮਲੇਸ਼ੀਆ ਆ ਗਿਆ ਔਰ ਮਰੀਸ਼ੀਅਸ ਆ ਗਿਆ, ਆ ਜਿਹੜੀਆਂ ਕੰਟਰੀਜ਼ ਨੇ ਇਹ ਬੈਂਕੋਕ ਆ ਗਿਆ, ਇਹ ਸਬਸਿਡੀ ਦਿੰਦੇ ਆ। ਉਹ ਇਸ ਕਰਕੇ ਸਬਸਿਡੀ ਦਿੰਦੀਆਂ ਕਿਉਂਕਿ ਕੁਛ ਉਹਨਾਂ ਦੇ ਰੂਲਸ ਨੇ ਕਿ ਉਹਨਾਂ ਨੂੰ ਲਾਈਨ ਪ੍ਰੋਡਿਊਸਰਸ ਉੱਥੇ ਦੇ ਲੈਣਾ ਪੈਂਦਾ। ਅਸੀਂ ਤਾਂ ਜੀ ਉਹਦੇ ਵਿੱਚ ਇੰਨਾ ਹੀ ਯੋਗਦਾਨ ਪਾ ਸਕਦੇ ਹਾਂ ਵੀ ਕੁਛ ਫਿਲਮਾਂ ਇਸ ਤਰ੍ਹਾਂ ਦੀਆਂ ਬਣਨ, ਕਿਉਂਕਿ ਕਈ ਤਰ੍ਹਾਂ ਦੇ ਆਰਟਿਸਟ ਜਿਹੜੇ ਹੁੰਦੇ ਆ ਹਰ ਇੱਕ ਦੀ ਆਪੋ ਆਪਣੀ ਸੋਚਣੀ ਹੁੰਦੀ ਆ। ਉਹ ਕਹਿੰਦੇ ਆਰਟਿਸਟ ਸਾਰਿਆਂ ਦੇ ਸਾਂਝੇ ਨੇ, ਅੱਧਾ ਬੰਨੇ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦੇ ਵੀ ਇਹ ਪਾਕਿਸਤਾਨ ਆ, ਹਿੰਦੁਸਤਾਨ ਆ, ਉਹਨਾਂ ਲਈ ਸਾਰੇ ਇੱਕ ਬਰਾਬਰ ਨੇ। ਹੁਣ ਤੁਸੀਂ ਦੂਰ ਕਾਹਨੂੰ ਜਾਂਦੇ ਹੋ, ਮੇਰੇ ਆਪਣੇ ਲੈ ਲਓ, ਮੇਰੇ ਕੋਲ ਮੋਰ ਦੈਨ 21 ਲੱਖ ਮੇਰੇ ਫੈਨ ਫੋਲੋਅਰਸ ਨੇ ਉਹਦੇ ਉੱਤੇ ਮੇਰੇ ਪੇਜ 'ਤੇ। ਔਰ ਅੱਜ ਮੈਂ ਇੱਕ ਸਟੇਟਸ ਪਾਵਾਂ, ਕਿਸੇ ਫਿਲਮ ਬਾਰੇ ਪਾਵਾਂ, ਫੋਟੋ ਪਾਵਾਂ, ਕੁਛ ਹੋਰ ਪਾਵਾਂ, ਇੰਡੀਆ ਨਾਲੋਂ ਪੰਜਾਬ ਨਾਲੋਂ ਬਰਾਬਰ ਫੋਰਨ 'ਚ ਜ਼ਿਆਦਾ, ਉੱਧਰੋਂ ਮੈਨੂੰ ਕਮੈਂਟਸ ਆਉਂਦੇ ਆ, ਉਹਨਾਂ ਲੋਕ ਪਿਆਰ ਕਰਦੇ ਆ ਫੋਰਨ 'ਚ ਜ਼ਿਆਦਾ। ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਆਵਾਮ ਆ, ਚਾਹੇ ਸਾਡੀ ਆ ਚਾਹੇ ਉਹਨਾਂ ਦੀ ਆ, ਉਹ ਇਨੋਸੈਂਟ ਨੇ, ਉਹਨਾਂ ਨੂੰ ਕੁਛ ਨਹੀਂ ਪਤਾ। ਇਹ ਜਿਹੜੀਆਂ ਪੋਲੀਟਿਕਸ ਨੇ, ਪੋਲੀਟੀਸ਼ੀਅਨਸ ਨੇ ਆਪਣੀਆਂ ਗੱਦੀਆਂ ਲਈ, ਬਚਾਉਣ ਲਈ, ਚਾਹੇ ਉੱਧਰਲੀਆਂ ਸਰਕਾਰਾਂ ਨੇ ਚਾਹੇ ਇੱਧਰਲੀਆਂ ਸਰਕਾਰਾਂ ਨੇ, ਇਸ ਮੁੱਦੇ ਨੂੰ ਜਾਂ ਤਾਂ ਤੁਸੀਂ ਕਹਿ ਲਓ ਵੀ ਉਹ ਭਖਦਾ ਹੀ ਰੱਖਣਾ ਚਾਹੁੰਦੇ ਆ, ਪਰ ਉਹਦੇ ਵਿੱਚ ਜਿਹੜੇ ਇਨੋਸੈਂਟ ਮਾਰੇ ਜਾਂਦੇ ਆ ਉਹਨਾਂ ਦਾ ਮੁਆਵਜ਼ਾ ਅਸੀਂ ਸਾਰੀ ਜ਼ਿੰਦਗੀ ਨਹੀਂ ਭਰ ਸਕਦੇ। ਜਿਹੜੇ ਇਨੋਸੈਂਟ ਮਰਦੇ ਆ, ਬੱਚੇ ਮਰਦੇ ਆ, ਉਹਨਾਂ ਨੂੰ ਪਤਾ ਕੁਛ ਨਹੀਂ, ਉਹਨਾਂ ਦੇ ਮਾਂ ਬਾਪ ਨੂੰ ਪਤਾ ਕੁਛ ਨਹੀਂ ਕੀ ਪੋਲੀਟਿਕਸ ਹੈ ਕੀ ਨਹੀਂ ਹੈ। ਪਰ ਪਰਮਾਤਮਾ ਹੀ ਇਸ 'ਤੇ ਅਰਦਾਸ ਕਰ ਸਕਦੇ ਆ ਜੀ, ਜਾਂ ਫਿਲਮਾਂ ਵਿੱਚ ਐਫਰਟਸ ਕਰ ਸਕਦੇ ਹਾਂ, ਐਸੀਆਂ ਫਿਲਮਾਂ ਪ੍ਰੋਡਿਊਸ ਕਰੀਏ ਜਿਹਦੇ ਵਿੱਚ ਦੇਸ਼ ਪਿਆਰ ਦੀ ਇੱਕ ਜੋਤ ਜਗਦੀ ਹੋਵੇ। ਜਿਸ ਤਰ੍ਹਾਂ ਬਜਰੰਗੀ ਬਾਈ ਫਿਲਮ ਆਈ ਸੀ, ਕਿੱਡਾ ਅੱਛਾ ਮੁੱਦਾ ਲੈ ਕੇ ਉਹਨੇ ਇੱਕ ਦੂਸਰੇ ਦੀ, ਇੱਕ ਬੱਚੀ ਦੀ ਖਾਤਰ, ਇੱਕ ਹਿੰਦੂ ਕਿਵੇਂ ਮੁਸਲਮਾਨਾਂ ਦੀ ਬੱਚੀ ਨੂੰ ਆਪਣੀ ਜਾਨ ਦੀ ਤਲੀ ਦੇ ਧਰ ਕੇ ਬਾਹਰ ਜਾਂਦਾ, ਕਿੱਡਾ ਅੱਛਾ ਮੈਸੇਜ ਸੀ, ਪਰ ਲੋਕਾਂ ਨੇ ਉਹਨੂੰ ਵੀ ਕੰਡੈਮ ਕੀਤਾ ਉਸ ਵਿਸ਼ੇ ਨੂੰ ਵੀ। ਸੋ ਆਰਟਿਸਟ ਤਾਂ ਇੱਕ ਸਿਰਫ ਇਸ ਤਰ੍ਹਾਂ ਦਾ ਆਪਣੀ ਐਫਰਟ ਕਰ ਸਕਦਾ ਵੀ ਉਸ ਚੀਜ਼ਾਂ ਨੂੰ, ਦੋਨਾਂ ਕੰਟਰੀਜ਼ ਨੂੰ ਯੂਨਾਈਟ ਕਰਨ ਲਈ ਵੀ ਹੋ ਜਾਵੇ ਤਾਂ ਚੰਗੀ ਗੱਲ ਆ। ਗੱਲ ਤਾਂ ਨਹੀਂ ਬਣਦੀ ਹੈਗੀ ਮੁੜ ਕੇ, ਜੇ ਆਪਾਂ ਕਹੀਏ ਵੀ ਹੁਣ ਈਵਨ ਸਾਊਥ ਦੀਆਂ ਫਿਲਮਾਂ ਨੇ, ਹੁਣ ਸਾਡੇ ਕੋਲ ਇੱਕ ਚੈਨਲ ਹੈ ਪਟਾਰਾ ਚੈਨਲ, ਉਹ ਉਹਨਾਂ ਨੇ ਪੰਜਾਬੀ ਫਿਲਮਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਪੁਰਾਣੇ, ਉਹਨਾਂ ਨੇ ਸਪੀਡ ਇੰਨੀ ਦਿਖਾਤੀ, ਇੱਕ ਦਿਨ ਦੇ ਵਿੱਚ 5-10 ਫਿਲਮਾਂ ਦਿਖਾਤੀਆਂ, ਹੁਣ ਫਿਲਮਾਂ ਮੁੱਕ ਗਈਆਂ। ਹੁਣ ਉਹਨਾਂ ਦੇ ਜਿਹੜੇ ਉਹਨਾਂ ਦੇ ਪ੍ਰੋਡਿਊਸਰਸ ਨੇ ਉਹ ਕਹਿੰਦੇ ਯਾਰ ਸਾਨੂੰ ਵਕਤ ਖੜਾ ਹੋਇਆ, ਅਸੀਂ ਹੁਣ ਉੱਧਰ ਨਹੀਂ ਡੱਬ ਕਰ ਚਲਾਉਂਦੇ, ਅਰ ਨਹੀਂ ਕਹਿੰਦਾ ਯਾਰ ਉਹ ਮੁੜ ਕੇ ਉਹੀ ਚਲਾਉਂਦਾ, ਉਹਦੇ 'ਤੇ ਰੈਵਨਿਊ ਨਹੀਂ ਆਉਂਦਾ, ਉਹਦੇ ਐਡਸ ਨਹੀਂ ਆਉਂਦੀਆਂ, ਆਹ ਚੱਕਰ ਆ। ਸੋ ਇਸ ਕਰਕੇ ਠੀਕ ਆ, ਅੱਛੀਆਂ ਲੱਗਦੀਆਂ ਨੇ ਕਿਉਂਕਿ ਉਹਨਾਂ 'ਤੇ ਲੱਖਾਂ ਕਰੋੜਾਂ ਡਾਲਰ ਖਰਚੇ ਹੁੰਦੇ ਆ ਉਸ ਫਿਲਮਾਂ ਦੇ ਉੱਤੇ, ਪਰ ਸੁਣਨ ਨੂੰ ਥੋੜ੍ਹਾ ਜਿਹਾ ਫਨੀ ਜਿਹਾ ਜ਼ਰੂਰ ਲੱਗਦਾ ਵੀ ਜਦੋਂ ਸਿਚੁਏਸ਼ਨ ਕੋਈ ਹੋਰ ਹੁੰਦੀ ਹੈ ਡਾਇਲੌਗ ਪੰਜਾਬੀ ਚੱਲਦੇ ਆ। ਨੈਸ਼ਨਲ ਬਸ ਕੇ ਲਈ ਯਮੁਨਾਨਗਰ ਸੇ ਸੁਮਿਤ ਓਬਰੋਏ ਕੀ ਰਿਪੋਰਟ। लेटेस्ट न्यूज और इंटरेस्टिंग कॉमेडी और एंटरटेनमेंट वीडियोस देखने के लिए सब्सक्राइब करें हमारा YouTube चैनल नेशनल बस और लाइक करें हमारा Facebook पेज। कीप लाइकिंग।